ਸਾਡੇ ਮੁੰਡੇ ਦਾ ਵਿਆਹ ਸਾਨੂੰ ਗੋਡੇ ਗੋਡੇ ਚ ਆ। ਸੋ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਜੀ, ਅਸੀਂ ਜਾ ਰਹੇ ਹਾਂ ਚਿੱਠੀ ਲੈਣ ਵਾਸਤੇ ਅਮਰ ਦੀ। ਰਾਹ ਦੇ ਵਿੱਚ ਸੁਨਾਮ ਢਾਬੇ 'ਤੇ ਰੁਕੇ ਹਾਂ ਚਾਹ ਪੀਣ ਵਾਸਤੇ, ਕਿਉਂਕਿ ਸਵੇਰੇ ਉੱਠ ਖੜੇ ਸੀ ਸਾਜਰੇ, ਜਿਹਦੀ ਕਿ ਸਾਨੂੰ ਆਦਤ ਹੈ ਨਹੀਂ। ਪਿਛਲੇ ਵਲੌਗ ਚ ਦੱਸਿਆ ਸੀਗਾ, ਕੋਲੇ ਆ ਜਾ ਯਾਰ, ਅਸੀਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀਗਾ ਬਈ ਅਸੀਂ ਦੱਸਾਂਗੇ ਵੀ ਵਿਚੋਲਣ ਜਾਂ ਵਿਚੋਲਾ ਕੌਣ। ਵੈਸੇ ਸਾਰੇ ਜਾਣੇ ਇਸ ਟਾਈਮ ਇਹ ਗੈਸ ਕਰ ਰਹੇ ਹੋਣਗੇ ਵੀ ਜਿਹੜਾ ਚਿੱਠੀ ਲੈਣ ਜਾਂਦਾ ਹੁੰਦਾ ਹੈ ਨਾ, ਤਾਂ ਵਿਚੋਲੇ ਦਾ ਕੰਮ ਹੁੰਦਾ, ਅਤੇ ਆਪਾਂ ਸਾਰੇ ਜਾਣੇ ਕਿਉਂ? ਪਹਿਲਾਂ ਤਾਂ ਉਹਨਾਂ ਦੇ ਦਿਮਾਗ 'ਚ ਇਹ ਵੀ ਕੁਐਸਚਨ ਹੋਊਗਾ, ਪਤਾ ਕੀ ਗੱਲ ਆ, ਰਿਸ਼ਤਾ ਕਿਸੇ ਦੀ ਭਰਜਾਈ ਕਰਵਾਉਂਦੀ ਆ, ਕਿਸੇ ਦੀ ਨਣਦ ਕਰਵਾਉਂਦੀ ਆ, ਕੋਈ ਅਨਨੋਨ ਬੰਦਾ ਹੁੰਦਾ ਜਿਹੜਾ ਰਿਸ਼ਤਾ ਕਰਵਾ ਦਿੰਦਾ, ਕੋਈ ਰਿਸ਼ਤੇਦਾਰੀ ਦੇ ਵਿੱਚ ਹੁੰਦਾ। ਹੁਣ ਆਪਣੀ ਵਿਚੋਲਣ ਕੌਣ ਆ? ਕੋਈ ਰਿਸ਼ਤੇਦਾਰ ਆ, ਕੋਈ ਅਨਨੋਨ ਬੰਦਾ ਜਾਂ ਕੋਈ ਘਰ ਦਾ ਬੰਦਾ ਵਾ? ਦੱਸ ਦੋ ਨਾ ਫਿਰ, ਸਸਪੈਂਸ ਕਰਦੇ ਪਾਇਆ ਹੋਇਆ। ਓਏ ਵਿਚੋਲਣ ਆਪ ਬੋਲੇ, ਬੋਲਦੀ ਨਹੀਂ, ਕਿਸੇ ਦੀ ਭੈਣ ਕਰਾਉਂਦੀ ਆ, ਉਹ ਹੈਗੀ ਆ ਮੈਂ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹ ਮੇਰੇ ਨਾਲ ਕਿਉਂ ਚੱਲੇ ਨੇ। ਤੁਹਾਨੂੰ ਜਿਵੇਂ ਪਤਾ ਸੀ ਪਿੱਛੇ ਜੇ ਮੇਰੀ ਹੈਲਥ ਬਹੁਤ ਖਰਾਬ ਆ, ਹੁਣ ਹਸਬੈਂਡ ਇਹਨਾਂ ਨੇ ਤਾਂ ਜਾਣਾ ਸੀ, ਪਰ ਮੇਰੇ ਭਰਾ ਭਰਜਾਈ ਮੈਨੂੰ ਇੰਨਾ ਪਿਆਰ ਕਰਦੇ ਨੇ, ਮੇਰੀ ਕੇਅਰ ਕਰਨ ਦੇ ਲਈ ਮੇਰੇ ਨਾਲ ਚੱਲੇ ਨੇ। ਇਹਨਾਂ ਨੂੰ ਮੈਂ ਆਪ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ, ਅਤੇ ਬਾਕੀ ਮਾਸੀ ਨੇ ਵੀ ਵਾਰ ਵਾਰ ਕਿਹਾ ਸੀਗਾ ਨਾ, ਤੂੰ ਅਮਰ ਦੀ ਭੈਣ ਬਣੀ ਹੋਈ ਆ, ਜੇ ਇੱਕ ਭੈਣ ਨੇ ਰਿਸ਼ਤਾ ਕਰਾਇਆ ਤਾਂ ਦੂਜੀ ਭੈਣ ਨਾਲ ਬਰੋਬਰ ਖੜੂਗੀ। ਹੁਣ ਭੈਣ ਵਾਲੇ ਤੂੰ ਫਰਜ਼ ਨਿਭਾਉਣੇ ਆ, ਤਾਂ ਆਪਾਂ ਉਹੀ ਫਰਜ਼ ਨਿਭਾ ਰਹੇ ਹਾਂ। ਚਲੋ ਆਪਾਂ ਪਹਿਲਾਂ ਹੀ ਲੇਟ ਆ ਸੀ ਅਤੇ ਆਪਾਂ ਫਿਰ ਚੱਲੀਏ ਹੈ ਨਾ। ਬਿਲਕੁਲ, ਅਤੇ ਅੱਜ ਫਤਿਹ ਦਾ ਬਰਥਡੇ ਵੀ ਆ। ਹਾਂ, ਇਹ ਫਤਿਹ ਦੇ ਬਰਥਡੇ ਵਾਲੇ ਦਿਨ ਅਸੀਂ ਚਿੱਠੀ ਲੈਣ ਜਾ ਰਹੇ ਹਾਂ, ਇਹ ਸਾਨੂੰ ਹਮੇਸ਼ਾ ਯਾਦ ਰਹੂਗਾ। ਮਤਲਬ ਜਦੋਂ ਵੀ ਫਤਿਹ ਦਾ ਬਰਥਡੇ ਆਇਆ ਕਰੂ, ਆਪਾਂ ਇਹ ਯਾਦ ਕਰਿਆ ਕਰਾਂਗੇ ਵੀ ਆਪਾਂ ਅੱਜ ਦੇ ਦਿਨ ਗਏ ਸੀ। ਹਾਂ, ਜਿਉਂਦੇ ਰਹੋ, ਵੱਸਦੇ ਰਹੋ। ਚਲੋ ਆਓ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਹੁਣ ਵੀ ਆਪਾਂ ਚਿੱਠੀ ਲੈਣ ਗਏ ਕਿੱਥੇ, ਗਏ ਕੀ ਕੀਤਾ, ਕਿੱਥੇ ਵੀ ਕੁੜੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਵਲੌਗ ਬਣਾਈਏ ਮਰਿਆਦਾ ਦੇ ਵਿੱਚ ਰਹਿ ਕੇ ਬਣਾਈਏ, ਅਤੇ ਫੂ ਫਾ ਤੋਂ ਦੂਰ ਰਹੀਏ। ਅਨ ਦਿਨ ਕੀ ਹੈ ਮੇਰੇ ਪਿੱਛੇ ਪੁੱਟੀ ਜਾਂਦਾ ਕੱਟ ਕੇ, ਕੀ ਕਹਿ ਰਹੇ ਸੀ ਤੁਸੀਂ? ਉਹ ਕਹਿੰਦੇ ਰਹਿੰਦੇ ਅਨਅਸੈਸਰੀ ਦੀ ਗੱਲ ਨਾ ਬਤਾਈਏ ਨਾ। ਹਾਂ, ਕੀ ਕਹਿੰਦੇ ਨੇ, ਅਨਅਸੈਸਰੀ ਚੀਜ਼ਾਂ ਹੀ ਕਹਿੰਦੇ ਹੁੰਦੇ ਨੇ, ਬੇਲੋੜੀਂਦੀਆਂ। ਹਾਂ, ਬੇਲੋੜੀਂਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਨਾ ਦਿਖਾਈਏ, ਵਿਆਹ ਦਿਖਾ ਰਹੇ ਹਾਂ ਅਤੇ ਵਿਆਹ ਹੀ ਦਿਖਾਈਏ ਕਿ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਕੀ ਹੁੰਦਾ। ਅਸੀਂ ਹਮੇਸ਼ਾ ਕੋਈ ਵੀ ਫੰਕਸ਼ਨ ਕਰਦੇ ਹਾਂ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਖੁਸ਼ੀ ਤੁਹਾਡੇ ਨਾਲ ਸ਼ੇਅਰ ਕਰੀਏ, ਕਿਉਂਕਿ ਸਾਨੂੰ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇਗੇ। ਅਤੇ ਅਸੀਂ ਪਿੱਛੇ ਦੇ ਬੰਦ ਵੀ ਕਰ ਦਿੱਤਾ ਸੀਗਾ, ਜਿੰਨੇ ਵੀ ਫੰਕਸ਼ਨ ਅਸੀਂ ਕੀਤੇ ਅਸੀਂ ਬੰਦ ਕਰਤੇ ਸੀ ਦਿਖਾਉਣੇ। ਉਹਦਾ ਰੀਜ਼ਨ ਕੁਛ ਸੀਗਾ ਕਿ ਕੁਛ ਕੁ ਸਾਨੂੰ ਕਮੈਂਟ ਇੱਦਾਂ ਦੇ ਆਉਣ ਲੱਗ ਗਏ ਸੀ ਕਿ ਤੁਸੀਂ ਜ਼ਿਆਦਾ ਦਿਖਾਉਂਦੇ ਹੋ ਇਹ। ਮੈਂ ਕਿਹਾ ਵੀ ਚਲੋ ਫਿਰ ਛੱਡੋ ਵੀ ਆਪਾਂ ਇਹ ਦਿਖਾਉਣੀਆਂ ਚੀਜ਼ਾਂ ਬੰਦ ਕਰੀਏ। ਪਰ ਜਿਹੜੇ ਸਾਨੂੰ ਪਿਆਰ ਕਰਦੇ ਸੀਗੇ ਅਤੇ ਉਹਨਾਂ ਨੇ ਸਾਨੂੰ ਵਾਰ ਵਾਰ ਮੈਸੇਜ ਇਹ ਕੀਤੇ, ਸਾਡੇ ਘਰ ਆ ਕੇ ਵੀ ਕਿਹਾ, ਸਾਨੂੰ ਫੋਨ ਵੀ ਕੀਤੇ ਕਿ ਨਹੀਂ ਸਿਰਫ ਦੋ ਚਾਰ ਲੋਕਾਂ ਦੇ ਪਿੱਛੇ ਤੁਸੀਂ ਉਹ ਚੀਜ਼ਾਂ ਨਾ ਕਰੋ, ਸਾਨੂੰ ਖੁਸ਼ੀ ਮਿਲਦੀ ਹੈ ਕਿ ਸਾਡਾ, ਅਸੀਂ ਤੁਹਾਨੂੰ ਆਪਣਾ ਪਰਿਵਾਰ ਸਮਝਦੇ ਹਾਂ, ਦੇਵਗਨ ਫੈਮਿਲੀ ਸਾਡਾ ਪਰਿਵਾਰ ਆ, ਅਤੇ ਉਹ ਖੁਸ਼ ਨੇ, ਉਹਨਾਂ ਨੂੰ ਦੇਖ ਕੇ ਅਸੀਂ ਖੁਸ਼ ਹੁੰਦੇ ਹਾਂ, ਤਾਂ ਆਪਣੀਆਂ ਖੁਸ਼ੀਆਂ ਨੇ ਸਾਡੇ ਨਾਲ ਸ਼ੇਅਰ ਕਰਿਆ। ਸੋ ਜਿੰਨੇ ਵੀ ਵਲੌਗ ਆਉਣਗੇ ਸਾਰੇ ਦੇ ਸਾਰੇ ਵਲੌਗ ਜਿਹੜੇ ਹੋਣਗੇ ਪਰਿਵਾਰਕ ਹੋਣਗੇ, ਉਹਦੇ ਵਿੱਚ ਕੋਈ ਵੀ ਇੱਦਾਂ ਦੀ ਚੀਜ਼ ਨਹੀਂ ਦਿਖਾਈ ਜਾਊਗੀ ਜਿਹਦੇ ਨਾਲ ਬੱਚਿਆਂ 'ਤੇ ਜਾਂ ਹੋਰ ਪਰਿਵਾਰਾਂ 'ਤੇ ਕੋਈ ਇੱਦਾਂ ਦਾ ਅਸਰ ਪਵੇ। ਹਾਂ, ਅਸੀਂ ਇਹ ਜ਼ਰੂਰ ਦਿਖਾਵਾਂਗੇ
ਕਿ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਹੜੀਆਂ ਕਿਹੜੀਆਂ ਗੱਲਾਂ ਦੇ ਵਿੱਚ ਸਾਡੇ ਤੋਂ ਗਲਤੀ ਹੋਈ। ਜਿੱਦਾਂ ਕਿ ਅਸੀਂ ਪਿੱਛੇ ਜੇ ਗਾਣਾ ਸ਼ੂਟ ਕੀਤਾ, ਉਹ ਗਾਣੇ ਦਾ ਅਸੀਂ ਬਜਟ ਕੁਛ ਲੈ ਕੇ ਚੱਲੇ ਸੀ ਅਤੇ ਪਹੁੰਚ ਕਿਤੇ ਹੋਰ ਗਿਆ, ਉਹ ਸਾਡੇ ਤੋਂ ਕੀ ਗਲਤੀ ਹੋਈ ਸੀ ਅਸੀਂ ਉਹ ਵੀ ਦੱਸਾਂਗੇ। ਆਲਮੋਸਟ ਜਦੋਂ ਬੰਦਾ ਘਰ ਬਣਾਉਣ ਲੱਗਦਾ ਨਾ, ਉਦੋਂ ਵੀ ਖਰਚਾ ਜਿਹੜਾ ਹੁੰਦਾ 5 ਲੱਖ ਲੈ ਕੇ ਚੱਲਦਾ ਅਤੇ ਬਾਅਦ ਦੇ ਵਿੱਚ ਖਰਚਾ 15 ਲੱਖ 'ਤੇ ਕਿਵੇਂ ਪਹੁੰਚ ਜਾਂਦਾ। ਅਸੀਂ ਉਹ ਚੀਜ਼ਾਂ ਸਾਰੀਆਂ ਦਿਖਾਵਾਂ ਕਿ ਤੁਸੀਂ ਜਦੋਂ ਕਰੋ ਤਾਂ ਤੁਸੀਂ ਕਿਹਨਾਂ ਕਿਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਬੇਫਾਲਤੂ ਨੇ, ਕਰਨੀਆਂ ਹੀ ਨਹੀਂ ਚਾਹੀਦੀਆਂ। ਫਿਲਹਾਲ ਅਸੀਂ ਤਾਂ ਸਾਰਾ ਕੁਛ ਕਰਾਂਗੇ, ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਰਕੇ ਐਕਸਪੀਰੀਅੰਸ ਬੰਦੇ ਨੂੰ ਮਿਲਦਾ ਹੁੰਦਾ, ਪਰ ਕੁਛ ਚੀਜ਼ਾਂ ਕਿਸੇ ਨੇ ਕੀਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਵੀ ਆਪਾਂ ਦੇਖ ਸਕਦੇ ਹਾਂ ਕਿ ਹਾਂ ਇਹਨਾਂ ਨਾਲ ਆਹ ਚੀਜ਼ ਹੋ ਗਈ, ਅਸੀਂ ਥੋੜ੍ਹਾ ਜਿਹਾ ਉਹ ਰਹਿਣਾ ਵਾ। ਕਿਉਂਕਿ ਸਾਡੇ ਘਰ ਦੇ ਵਿੱਚ ਨਾ ਹੁਣ ਗੱਲ ਇੱਦਾਂ ਆ, 12 ਸਾਲ ਬਾਅਦ ਵਿਆਹ ਆ ਰਿਹਾ, 12 ਸਾਲ ਬਾਅਦ ਤੋਂ 12 ਸਾਲ ਦੇ ਵਿੱਚ ਬਹੁਤ ਕੁਛ ਬਦਲ ਗਿਆ। ਪੈਲਸਾਂ ਜਿਹੜੇ ਪੈਲਸ ਕਿੱਦਾਂ ਬੁੱਕ ਹੁੰਦੇ ਨੇ ਉਹ ਬਦਲ ਗਿਆ। ਭਾਈ ਗੱਡੀ 'ਚ ਗੱਲਾਂ ਕਰਦੇ ਆ ਰਹੇ ਆਪਾਂ, ਲੇਟ ਹੋ ਜਾਣਾ। ਸੋ ਆਪਾਂ ਗੱਲ ਕਰਦੇ ਪਏ ਸੀਗੇ ਜੀ 12 ਸਾਲ ਪਹਿਲਾਂ ਦੇ ਵਿਆਹ ਅਤੇ ਹੁਣ ਦੇ ਵਿਆਹ ਦੇ ਵਿੱਚ ਕੀ ਫਰਕ ਹੈ, ਖਰਚਿਆਂ ਦੇ ਵਿੱਚ ਕਿੰਨਾ ਫਰਕ ਹੈ। ਅਸੀਂ ਉਹ ਚੀਜ਼ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਆਹ ਖਰਚੇ ਹੁੰਦੇ ਸੀਗੇ, ਹੁਣ ਆਹ ਖਰਚੇ ਹੁੰਦੇ ਨੇ। ਬਾਕੀ ਕੁਝ ਗੱਲਾਂ ਹੋਰ ਨੇਗੀਆਂ ਵੀ ਮਨਪ੍ਰੀਤ, ਹਾਂਜੀ, ਇਹ ਕੁੜੀ ਕਿੱਥੋਂ ਲੱਭੀ ਹੋਈ? ਵੀਰੇ ਮੈਂ, ਮੇਰੇ ਨਾਲ ਘੱਟੋ ਘੱਟ 2-2.5 ਸਾਲ ਤੋਂ ਮੇਰੀ ਫਰੈਂਡ ਆ। ਮਤਲਬ ਮੈਨੂੰ ਕਿੰਨੀ ਵਾਰ ਲੱਗਿਆ ਦੇਖ ਕੇ ਕਿ ਹਾਂ ਵੀ ਆਪਾਂ ਗੱਲ ਕਰੀਏ, ਫਿਰ ਮੈਂ ਪਹਿਲਾਂ ਡਾਇਰੈਕਟ ਕੁੜੀ ਨਾਲ ਗੱਲ ਕੀਤੀ ਕਿ ਮੈਨੂੰ ਤੁਹਾਨੂੰ ਦੇਖ ਕੇ ਵੀ ਏਦਾਂ ਫੀਲਿੰਗ ਆਉਂਦੀ ਹੈ ਵੀ ਹਾਂ ਵੀ ਭਰਜਾਈ ਵਾਲੀ ਫੀਲਿੰਗ, ਹਾਂ ਭਰਜਾਈ ਵਾਲੀ ਫੀਲਿੰਗ ਆਉਂਦੀ ਆ ਵੀ ਜੇ ਤੁਸੀਂ ਅਮਰ ਲਈ ਅਸੀਂ ਤੁਹਾਡੇ ਲਈ ਰਿਸ਼ਤਾ ਮੰਗੀਏ ਤਾਂ। ਫਿਰ ਉਹਨਾਂ ਨੇ ਯਾਨੀ ਕਿ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਲਿਆਕਤ ਸੀਗੀ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਨਾਲ ਤੁਸੀਂ ਇਹ ਗੱਲ ਨਾ ਕਰੋ, ਮੇਰੇ ਮੰਮਾ ਨਾਲ ਗੱਲ ਕਰੋ। ਉਹਨਾਂ ਨੇ ਫਿਰ ਮੰਮੀ ਨਾਲ ਗੱਲ ਕੀਤੀ, ਫਿਰ ਉਹਨਾਂ ਦੇ ਪਾਪਾ ਨਾਲ ਗੱਲ ਕੀਤੀ, ਫਿਰ ਮੈਂ ਤੁਹਾਡੇ ਨਾਲ ਗੱਲ ਕੀਤੀ, ਫਿਰ ਹੌਲੀ ਹੌਲੀ ਏਦਾਂ ਕਰਕੇ ਆਪਣੀ ਗੱਲ ਅੱਗੇ ਬਣ ਗਈ, ਫਿਰ ਮੈਂ ਵਿਚੋਲਣ ਬਣ ਗਈ, ਫਿਰ ਮੈਂ ਵਿਚੋਲਣ ਬਣ ਗਈ। ਪਰ ਹੁਣ ਆਪਾਂ ਇਹੀ ਰੱਖੀਏ ਕਿ ਵਿਚੋਲਿਆਂ ਦੇ ਮੇਰੇ ਛਿੱਤਰ ਬਹੁਤ ਪੈਂਦੇ ਹੁੰਦੇ ਆ, ਇਹ ਮੇਰੇ ਛਿੱਤਰ ਨਾ ਪੈਣ ਬਸ। ਤੇਰੇ ਛਿੱਤਰ ਕਿਉਂ ਪੈਣਗੇ ਦੱਸ? ਵੀਰੇ ਨਹੀਂ, ਇਹ ਤਾਂ ਇੱਕ ਕਹਾਵਤ ਆ, ਉਹਨੇ ਕਹਾਵਤ ਦੀ ਗੱਲ ਕੀਤੀ ਆ, ਕਹਿੰਦੇ ਨੀ ਹੁੰਦੇ ਵੀ ਵਿਚੋਲਾ ਜਿਹੜਾ ਹੁੰਦਾ ਉਹ ਛਿੱਤਰ ਹੀ ਖਾਂਦਾ ਹੁੰਦਾ, ਉਹ ਚੀਜ਼ ਨੂੰ ਲੈ ਕੇ ਕਹਿੰਦੇ ਵੀ ਮੇਰੇ ਛਿੱਤਰ ਨਾ ਪੈ ਜਾਣ, ਐਂ ਨਹੀਂ ਕਹਿੰਦੇ ਤੂੰ ਘਰ ਦੀ ਕੁੜੀਆਂ ਹੱਥ ਹੋ ਗਈ, ਘਰ ਦੀ ਚੰਗਾ ਹੀ ਸੋਚਿਆ। ਬਾਕੀ ਹੁਣ ਤੁਹਾਨੂੰ ਇੱਕ ਗੱਲ ਕਹਿਣੀ ਆ ਮੈਂ, ਬੋਲੋ। ਆ ਇੱਧਰ ਮਾੜਾ ਜਿਹਾ ਘੁਮਾਇਓ ਪ੍ਰਾਹੁਣਾ ਸਾਹਿਬ ਜੀ ਵੱਲ, ਦੇਖੋ ਇੱਕ ਤਾਂ ਹੁਣ ਇਹ ਵਿਚੋਲਾ ਕੁੱਤਾ ਨਹੀਂ ਪ੍ਰਾਹੁਣਾ, ਬਈ ਇਹਦਾ ਮਾੜਾ ਜਿਹਾ ਇਹਨੂੰ ਧਿਆਨ ਰੱਖਿਓ, ਐਵੇਂ ਕਿਤੇ ਜੇ ਰੁੱਸ ਰਸ ਗਿਆ ਨਾ ਆਪਾਂ ਨੂੰ ਔਖਾ ਬਹੁਤ ਹੋ ਜਾਣਾ। ਨਹੀਂ ਮੇਰੇ ਧਿਆਨ ਰੱਖਣ ਦੀ ਲੋੜ ਨਹੀਂ ਹੈਗੀ, ਮੈਂ ਤਾਂ ਵਿਚੋਲੇ ਨਹੀਂ ਦਾ ਸਰਦਾ ਨਾ ਆਪਣਾ ਪ੍ਰਾਹੁਣੇ ਵੀ ਨਾ ਸਰਦਾ। ਦੇਖ ਮੈਂ ਤੈਨੂੰ ਇੱਕ ਗੱਲ ਦੱਸਦਾ, ਦੇਖ ਵਿਚੋਲਣ ਆਪਣੀ ਭੈਣ, ਵਿਚੋਲਾ ਕਹਿੰਦੇ ਓਲਾ ਰੱਖ ਜਾਂਦਾ ਮਨਪ੍ਰੀਤ ਨੇ, ਪਹਿਲੀ ਗੱਲ ਤਾਂ ਕੋਈ ਓਲਾ ਨਹੀਂ ਰੱਖਿਆ, ਇਹ ਸੇਫਟੀ ਪੁਆਇੰਟ ਹੈ, ਇਹ ਪ੍ਰਾਹੁਣਾ ਵੀ ਹੈ ਸਾਡਾ ਭਰਾ ਵੀ ਹੈ, ਕਿਉਂਕਿ ਅੱਜ ਤੱਕ ਜੀਜਾ ਜੀ ਨੇ ਹਮੇਸ਼ਾ ਜਿਵੇਂ ਆਪਾਂ ਕਹਿ ਦਈਏ ਵੀ ਭਰਾਵਾਂ ਕੋਈ ਸਾਥ ਦਿੱਤਾ। ਨਾ ਮੈਂ ਇਹਦੇ ਪ੍ਰਾਹੁਣਾ ਰੁੱਸਿਆ ਕਦੇ, ਨਾ ਮੈਂ ਇਹਦੇ ਵਿਚੋਲਾ ਰੁੱਸੂਗਾ, ਟੈਨਸ਼ਨ ਫ੍ਰੀ ਰਹੋ। ਜਿਨ੍ਹਾਂ ਨੇ ਮੈਨੂੰ ਬਰਥਡੇ ਵਿਸ਼ ਕੀਤੀ ਸੀ ਨਾ ਅੱਜ ਦੇ ਦਿਨ, ਸਾਰਿਆਂ ਦਾ ਥੈਂਕ ਯੂ। ਵਾਹ ਫਤਿਹ, ਬਹੁਤ ਵਧੀਆ, ਥੋੜਾ ਜਿਹਾ ਉੱਚੀ।
ਜੋਸ਼ ਨਾਲ ਕਹਿ ਰਹੇ ਥੈਂਕ ਯੂ ਕਿਉਂਕਿ ਬੰਦਾ ਸਾਰਾ ਕੁਛ ਹੁੰਦਾ ਪਰ ਇਹ ਜਦੋਂ ਚੀਜ਼ਾਂ ਬਾਰ ਬਾਰ ਦੇਖਦਾ ਤਾਂ ਯਾਦ ਆਉਂਦਾ ਕਿ ਉਹ ਟਾਈਮ ਦੇ ਉੱਤੇ ਅਸੀਂ ਆਹ ਕੀਤਾ ਸੀ, ਆਹ ਗੱਲਾਂ ਬੋਲੀਆਂ ਸੀ, ਆਹ ਸਾਰਾ ਕੁਛ ਕੀਤਾ, ਐਡਾ ਇੰਜੋਏ ਕੀਤਾ, ਅਸੀਂ ਉਹੀ ਆਪਣੇ ਮੂਮੈਂਟ ਕੈਪਚਰ ਕਰ ਰਹੇ ਹਾਂ ਕਿਉਂਕਿ 12 ਸਾਲ ਪਹਿਲਾਂ ਇਹ ਚੀਜ਼ਾਂ ਹੈ ਨਹੀਂ ਸੀ। ਬਾਕੀ ਅਸੀਂ ਇਸ ਟਾਈਮ ਅਮਰ ਨੂੰ ਬਹੁਤ ਮਿਸ ਕਰ ਰਹੇ ਹਾਂ ਪਰ ਅਸੀਂ ਚਾਹੁੰਦੇ ਹੋਏ ਉਹਨੂੰ ਇਸ ਉਹਦੇ ਵਿੱਚ ਕੀ ਹੁੰਦਾ ਵੀ ਕੀ ਇਸ ਮਤਲਬ ਜਿਵੇਂ ਆਪਾਂ ਲੈ ਕੇ ਜਾਣਾ ਸੀ ਉਹਦੇ ਵਿੱਚ ਜਾ ਨਹੀਂ ਸਕਦੇ ਬਾਕੀ ਇਹ ਵੀ ਸੀਗਾ ਵੀ ਘਰੇ ਵੀ ਤਾਂ ਤਿਆਰੀਆਂ ਕਰਨੀਆਂ ਨੇ, ਪਿੱਛੇ ਮੰਮੀ ਵੀ ਹੁਣ ਹੈਗੇ ਨੇਗੇ, ਉਹਨੂੰ ਵੀ ਹੈਗਾ, ਉਹ ਪਿੱਛੋਂ ਸਾਰੀਆਂ ਉਹਨਾਂ ਨੇ ਤਿਆਰੀਆਂ ਕਰਨੀਆਂ ਨੇਗੀਆਂ, ਫਿਰ ਤਿਆਰੀ ਕਰਨ ਲਈ ਵੀ ਕੋਈ ਨਾ ਕੋਈ ਚਾਹੀਦਾ ਸੀਗਾ ਘਰ ਦੇ ਵਿੱਚ। ਆਪਣੇ ਤਿੰਨ ਬੱਚੇ ਹੋਰ ਵੀ ਹੈਗੇ ਨੇ, ਜਸਮੀਤ, ਰਵਦੀਪ, ਗਰਨੂਰ, ਉਹ ਵੀ ਹੈਗੇ ਨੇ ਤਿੰਨ ਤਿਆਰੀਆਂ ਕਰਵਾਉਣ ਲਈ। ਬਾਕੀ ਆਪਾਂ ਉੱਥੇ ਚੱਲਦੇ ਹਾਂ ਜੀ, ਉੱਥੋਂ ਚਿੱਠੀ ਲੈ ਕੇ ਆਉਂਦੇ ਹਾਂ ਤੇ ਫਿਰ ਘਰੇ ਜਾ ਕੇ ਪੜਾਂਗੇ ਤੇ ਤੁਹਾਨੂੰ ਦਿਖਾਉਂਦੇ ਹਾਂ ਉਹ ਮੂਵਮੈਂਟ ਕਿੱਦਾਂ ਦਾ ਸੀ ਸਾਰਿਆਂ ਦੇ ਲਈ, ਮੰਮੀ ਦੇ ਲਈ, ਮਿੰਦੋ ਦੇ ਲਈ, ਮੇਰੇ ਲਈ, ਮਨਪ੍ਰੀਤ ਦੇ ਲਈ, ਬਾਕੀ ਹੋਰ ਫੈਮਿਲੀ ਮੈਂਬਰਸ ਮਿੰਦੋ ਦੇ ਸਾਰੇ ਜਿਹੜੇ ਪੇਕੇ ਨੇ। ਜਿਹੜਾ ਮੈਂ ਤੁਹਾਨੂੰ ਇੱਕ ਦਿਲ ਦੀ ਗੱਲ ਦੱਸਦੀ ਹਾਂ ਕਿ ਅਮਰ ਦਾ ਵਿਆਹ ਰੀਅਲ ਦੇ ਵਿੱਚ ਮੇਰੇ ਲਈ ਬਹੁਤ ਕੁਛ ਸਪੈਸ਼ਲ ਆ ਉਹਦੇ ਵਿੱਚ, ਕਿਉਂਕਿ ਮੈਂ ਐਜ਼ ਅ ਸਿਸਟਰ ਕਦੇ ਵੀ ਕੁਛ ਕੀਤਾ ਹੀ ਨਹੀਂ ਹੈ, ਕਿਉਂਕਿ ਬ੍ਰਦਰ ਹੈ ਹੀ ਨਹੀਂਗਾ। ਮੈਂ ਭਾਬੀ ਦੇ ਵੀ ਫਰਜ਼ ਨਿਭਾ ਰਹੀ ਹਾਂ ਤੇ ਮੈਂ ਭੈਣ ਦੇ ਵੀ ਫਰਜ਼ ਨਿਭਾ ਰਹੀ ਹਾਂ। ਯਾਰ ਆ ਗੱਲ ਨਾ ਬਾਰ ਬਾਰ ਨਾ ਕਿਹਾ ਕਰ, ਨਹੀਂ ਉਹ ਦੇਖੂਗਾ ਤਾਂ ਉਹਨੂੰ ਗੁੱਸਾ ਨਹੀਂ ਆਊਗਾ। ਦੱਸੋ, ਗੁੱਸਾ ਨਹੀਂ ਆਊ, ਮੈਂ ਇਹ ਗੱਲ ਕਹੀ ਆ ਕਿ ਮੇਰੇ ਲਈ ਇਹ ਚੀਜ਼ਾਂ ਬਹੁਤ ਸਪੈਸ਼ਲ ਨੇ, ਮੈਂ ਖੁਸ਼ੀ ਦੇ ਨਾਲ ਕਹਿ ਰਹੀ ਹਾਂ, ਮੈਂ ਪ੍ਰਾਊਡ ਦੇ ਨਾਲ ਕਹਿ ਰਹੀ ਹਾਂ ਕਿ ਮੈਂ ਦੋਨੇ ਫਰਜ਼ ਨਿਭਾਉਣੀ ਪਈ ਹਾਂ, ਮੈਂ ਭਾਬੀ ਦੇ ਵੀ ਨਿਭਾਉਣੀ ਪਈ ਹਾਂ, ਮੈਂ ਭੈਣ ਦੇ ਵੀ ਨਿਭਾਉਣੀ ਪਈ ਹਾਂ। ਚਲੋ ਹੁਣ ਤੋਂ ਇਮੋਸ਼ਨਲ ਨਹੀਂ ਹੋਣਾ, ਪਹਿਲੀ ਗੱਲ ਤਾਂ ਇਹ ਹੈ, ਠੀਕ ਹੈ ਨਾ। ਬਾਕੀ ਮੈਂ ਇੱਥੇ ਵਲੌਗ ਕੱਟ ਰਿਹਾ, ਤੂੰ ਰੋ ਲਾ, ਠੀਕ ਹੈ। ਲਓ ਜੀ, ਤੁਹਾਨੂੰ ਸ਼ਹਿਰ ਦੱਸਤਾ, ਧਨੌਲੇ ਦੇ ਨੇੜੇ ਆ ਅਤੇ ਜਦੋਂ ਆਪਾਂ ਜਾਂਦੇ ਹਾਂ ਨਾ ਬਠਿੰਡੇ ਨੂੰ ਅਤੇ ਮਾਨਸੇ ਨੂੰ ਅਤੇ ਬਰਨਾਲੇ ਨੂੰ, ਉਹਦੇ ਵਿੱਚ ਵਿੱਚ ਜੇ ਆਉਂਦਾ, ਹੁਣ ਤੁਸੀਂ ਗੈਸ ਕਰਨਾ ਵੀ ਕਿਹੜਾ ਸ਼ਹਿਰ ਹੋ ਸਕਦਾ। ਸੋ ਅਸੀਂ ਪਹੁੰਚ ਗਏ ਜੀ, ਸਾਹਮਣੇ ਵੀ ਕੈਮਰਾ, ਕੈਮਰਾ ਵਾਲੇ ਬਾਈ, ਸਾਡੇ ਕੋਲ ਵੀ ਕੈਮਰਾ ਬਾਈ। ਸਾਨੂੰ ਬਹੁਤ ਮੈਸੇਜ ਆਏ ਨੇ ਕਿ ਤੁਸੀਂ ਜਿਹੜਾ ਚਿਹਰਾ ਹਾਈਡ ਕਿਉਂ ਕਰਦੇ ਪਏ ਹੋ, ਤੁਸੀਂ ਦਿਖਾ ਕਿਉਂ ਨਹੀਂ ਰਹੇ। ਪਹਿਲਾਂ ਮੈਂ ਉਹਦੇ ਵਾਸਤੇ ਤੁਹਾਨੂੰ ਦੱਸਦਾ ਕਿ ਅਸੀਂ ਪ੍ਰੀ ਵੈਡਿੰਗ ਸ਼ੂਟ ਕੀਤੀਆਂ ਨੇਗੀਆਂ ਕੁਛ ਅਲੱਗ ਤਰੀਕੇ ਦੀਆਂ, ਅਤੇ ਅਸੀਂ ਚਾਹੁੰਦੇ ਹਾਂ ਉਹ ਪ੍ਰੀ ਵੈਡਿੰਗ ਦੇ ਵਿੱਚ ਹੀ ਤੁਸੀਂ ਸਾਡੀ ਨਵੀਂ ਨੂੰਹ ਦਾ ਚਿਹਰਾ ਦੇਖੋ, ਕਿਉਂਕਿ ਉਸ ਪ੍ਰੀ ਵੈਡਿੰਗ 'ਤੇ ਬਹੁਤ ਮਿਹਨਤ ਹੋਈ ਹੈ ਅਤੇ ਜਲਦੀ ਹੀ ਪ੍ਰੀ ਵੈਡਿੰਗ ਦੀ ਅਸੀਂ ਡੇਟ ਅਨਾਊਂਸ ਕਰਾਂਗੇ, ਸਿੰਗਰ ਕੌਣ ਹੈ, ਕਿਹਨੇ ਗਾਇਆ ਅਤੇ ਕਿੱਥੇ ਸ਼ੂਟ ਹੋਇਆ, ਅਤੇ ਤੁਸੀਂ ਸਪੋਰਟ ਜ਼ਰੂਰ ਕਰਨੀ ਹੈ। ਬਾਕੀ ਹੁਣ ਕੁਛ ਇਮੋਸ਼ਨਲ ਮੂਮੈਂਟਸ ਨੇ,
ਬਾਅਦ ਚ ਦਿਖਾਉਂਦੇ ਹਾਂ ਤੁਹਾਨੂੰ ਬਾਕੀ ਸਾਰੇ ਦੱਸੇਗਾ। ਸਾਡੀ ਨਵੀਂ ਨੂੰਹ ਨੇ ਸਾਨੂੰ ਸਰਪ੍ਰਾਈਜ਼ ਦਿੱਤਾ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਬਰਥਡੇ, ਹੈਪੀ ਬਰਥਡੇ ਟੂ ਯੂ। ਬਾਕੀ ਸਾਹੇ ਚਿੱਠੀ ਦੇ ਬਾਕੀ ਰੀਤੀ ਰਿਵਾਜ਼ ਜਿਹੜੇ ਨੇਗੇ ਉਹ ਮਿੰਦੋ ਦੇਵਗਨ ਵਾਲੇ ਜਿਹੜੇ ਚੈਨਲ ਆ ਨਾ ਉਹਦੇ 'ਤੇ ਪਾਏ ਹੋਏ ਆ, ਉਹਦੇ 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਜੇ ਤੁਸੀਂ ਫੇਸਬੁੱਕ 'ਤੇ ਹੋ ਤਾਂ ਅਮਰ ਦੇਵਗਨ ਵਾਲੇ ਪੇਜ 'ਤੇ ਤੁਸੀਂ ਚੈੱਕ ਕਰ ਸਕਦੇ ਹੋ। ਥੈਂਕ ਯੂ ਜੀ, ਸਬਸਕ੍ਰਾਈਬ ਕਰ ਲਿਓ।